ਸਲਾਮ ਵਾਲੇਕਮ ਨਾਜ਼ਰੀਨ ਮੇਰਾ ਨਾਮ ਮੁਹੰਮਦ ਇਸ਼ਬਾਹ ਹੈ ਔਰ ਤੁਸੀਂ ਦੇਖ ਰਹੇ ਜੀ ਸਾਡਾ YouTube ਚੈਨਲ ਐਗਰੀ 766 ਦੋਸਤ ਜਿਹੜੇ ਨਵੇਂ ਨੇ ਉਹ ਇਹਨੂੰ ਸਬਸਕ੍ਰਾਈਬ ਕਰ ਲੈ ਔਰ ਜਿਹੜੇ ਦੋਸਤ ਸਾਡੀ ਵੀਡੀਓ ਦੇਖਨੇ ਅਗਰ ਵੀਡੀਓ ਅੱਛੀ ਲੱਗੇ ਤੇ ਇਹਨੂੰ ਲਾਈਕ ਸ਼ੇਅਰ ਲਾਜ਼ਮੀ ਕਰਿਆ ਕਰੋ ਔਰ ਜਿਹੜਾ ਕੋਈ ਤੁਹਾਡਾ ਸਵਾਲ ਹੋਵੇ ਉਹ ਕਮੈਂਟ ਸੈਕਸ਼ਨ ਦੇ ਵਿੱਚ ਲਾਜ਼ਮੀ ਦੱਸਿਆ ਕਰੋ ਦੋਸਤੋ ਅੱਜ ਸਾਡਾ ਇਸ ਵੀਡੀਓ ਦਾ ਟੌਪਿਕ ਹੈ ਕਿ ਜ਼ਹਿਰ ਪਾਸ਼ੀ ਦੇ ਗਲਤ ਇਸਤੇਮਾਲਾਤ ਜਿਹੜੇ ਨੇ ਉਹਨਾਂ ਦੇ ਬਾਰੇ ਵਿੱਚ ਕਿਉਂਕਿ ਇਹ ਅੱਜ ਟੌਪਿਕ ਮੈਂ ਇਸ ਵਾਸਤੇ ਰੱਖਿਆ ਗਿਆ ਅੱਜ ਅਸੀਂ ਫੀਲਡ ਦੇ ਅੰਦਰ ਦੋਸਤਾਂ ਦੇ ਨੁਕਸਾਨ ਹੁੰਦੇ ਵੇਖੇ ਕਿ ਗਲਤ ਜਿਹੜਾ ਜ਼ਹਿਰ ਦਾ ਇਸਤੇਮਾਲ ਕਰੋਗੇ ਜ਼ਹਿਰੀ ਗੱਲਾਂ ਦੇ ਸਾਈਡ ਇਫੈਕਟ ਜ਼ਰੂਰ ਆਉਣਗੇ ਅਗਰ ਸਾਈਡ ਇਫੈਕਟ ਆਉਣਦੇ ਨੇ ਤੇ ਉਹ ਯਾਦ ਰੱਖੋ ਕਿ ਸਾਡੀ ਪੈਦਾਵਾਰ ਦਾ ਨੁਕਸਾਨ ਦਾ ਵਾਇਸ ਬਣਨਗੇ ਅਸੀਂ 22000 ਰੁਪਏ ਦਾ ਥੈਲਾ ਪਰਚੇਸ ਕਰਕੇ ਤੇ ਲਗਾ ਲਿਆ ਉਹਦੀ ਅੱਛੀ ਦੇਖਭਾਲ ਵਾਸਤੇ ਅਸੀਂ ਡੀ ਜੀ ਪੀ ਦਾ ਪੋਟਾਸ਼ ਦਾ ਯੂਰੀਆ ਦਾ ਇਸਤੇਮਾਲ ਕੀਤਾ لیکن ਜੀ ਜੇ ਤਾਂ ਜ਼ਹਿਰ ਪਾਸ਼ੀ ਦੀ ਗੱਲ ਆਈ ਉਦੋਂ ਅਸੀਂ 4-500 ਦੀ ਬਚਤ ਨੂੰ ਸੋਚਿਆ ਔਰ ਜ਼ੀਰੋ ਦੀ ਬਜਰੀ ਲੈ ਕੇ ਮਾਰਕੀਟ ਦੇ ਵਿੱਚੋਂ ਜਿਹੜੇ ਜ਼ਹਿਰ ਮਿਲਦੇ ਨੇ ਜਿੰਦੇ ਚ ਲੈਂਡਾ ਐਮ ਐਮੈਕਟਨ ਲਿਉਫੋਨੋਰਨ ਬਾਈਫੈਂਥਰੀਨ ਕਲੋਰੋਪੈਰੀਫਾਸ ਇਹ ਸਾਰੇ ਪ੍ਰੋਡਕਟ ਜਿਹੜੇ ਨੇ ਦੋਸਤ ਮੁxtਲਿਫ ਤਰੀਕਿਆਂ ਦੇ ਨਾਲ ਜ਼ੀਰੋ ਦੀ ਬਜਰੀ ਨੂੰ ਲਗਾ ਕੇ ਤੇ ਜ਼ਹਿਰ ਪਾਸ਼ੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਯਾਦ ਰੱਖੋ ਕਿ ਜੇ ਜੇ ਜ਼ਹਿਰ ਪਾਸ਼ੀ ਇਸ ਤਰ੍ਹਾਂ ਦੀ ਕਰਾਂਗੇ ਤੇ ਉਹਦੇ ਸਾਈਡ ਇਫੈਕਟ ਵੀ ਜ਼ਰੂਰ ਆਉਣਗੇ ادارے ਬਣਾਉਣ ਦਾ ਇੱਕ ਮਕਸਦ ਸੀ ਔਰ ਉਹ ਮਕਸਦ ਹੈ ਇਸ ਤਰ੍ਹਾਂ الادਾਰੇ ਸਾਡਾ ਜਿਹੜਾ ਹੱਲ ਕਰ ਰਹੇ ਨੇ ਉਹਨਾਂ ਦਾ ਜਿਹੜਾ ਜ਼ਹਿਰ ਤਿਆਰ ਕਰਦਾ ਮਾਰਕੀਟ ਦੇ ਅੰਦਰ ਮੌਜੂਦ ਨੇ ਉਹ ਇੱਕ ਮਕਸਦ ਦੇ ਤਹਿਤ ਨੇ ਕਿ ਸਾਡਾ ਜ਼ਿੰਮੇਦਾਰ ਉਹਨਾਂ ਤੋਂ ਫਾਇਦਾ ਹਾਸਲ ਕਰੇ ਲੇਕਿਨ ਜ਼ਿੰਮੇਦਾਰ ਸਾਡਾ ਇਸ ਟਾਈਮ ਪਤਾ ਨਹੀਂ ਕਿਹੜੀ ਸਾਇੰਸ ਜਿਹੜੀ ਹੈ ਉਹ ਇਸਤੇਮਾਲ ਕਰ ਰਹੇ ਔਰ ਉਹ ਆਪਣਾ ਟੇਰੋ ਸਾਰਾ ਨੁਕਸਾਨ ਜਿਹੜਾ ਹੈ ਨਾ ਇਸ ਪੱਥਰ ਤੋਂ ਕਰਵਾ ਰਿਹਾ ਹੈ ਲਿਆਦਾ ਇਹਦੇ ਤੋਂ ਮੈਂ ਕਹਾਂਗਾ ਕਿ ਥੋੜਾ ਇਜਤਨਾਬ ਕਰੋ ਔਰ ਸਹੀ ਰਸਤੇ ਦੀ ਤਰਫ ਆਓ ਤਾਂ ਕਿ ਆਪਾਂ ਸਹੀ ਤਰੀਕੇ ਦੇ ਨਾਲ ਪੌਦਿਆਂ ਨੂੰ ਜ਼ਹਿਰ ਪਾਸ਼ੀ ਕਰਕੇ ਕੀੜਿਆਂ ਤੋਂ نجات حاصل ਕਰਕੇ ਆਪਣੀ ਪੈਦਾਵਾਰ ਅੱਛੀ ਲੈ ਸਕੀਏ ਨਾ ਕਿ ਅਸੀਂ ਜਨਾਬ 4-500 ਦੀ ਬਚਤ ਕਰਕੇ ਆਪਣੀ ਫਸਲ ਦਾ ਢੇਰ ਨੁਕਸਾਨ ਕਰਕੇ ਤੇ ਜਨਾਬ ਅਸੀਂ ਛੇਕ ਕਰਦੇ ਕਹਿੰਦੇ ਕਿ ਸਾਡੀ ਪੈਦਾਵਾਰ ਅੱਛੀ ਨਹੀਂ ਆਈ ਇੱਥੇ 20 ਜਿਹੜਾ ਹੈ ਨਾ ਉਹ 20 ਨੱਕ ਸੌਣ ਦੀ ਵਜੂਹਾਤ ਨਹੀਂ ਹੋਣ ਗਿਆ ਬਲਕਿ ਸਾਡੀ ਗਲਤ ਮੈਨੇਜਮੈਂਟ ਹੋਵੇ ਦੀ ਔਰ ਇਹ ਗਲਤ ਮੈਨੇਜਮੈਂਟ ਜਿਹੜੀ ਅਸੀਂ ਇਸ ਟਾਈਮ ਜ਼ਹਿਰ ਪਾਸ਼ੀ ਦੀ ਸ਼ਕਲ ਅੱਛੀ ਕਰ ਰਹੇ ਦੋਸਤੋ ਮਾਰਕੀਟ ਦੇ ਅੰਦਰ ਮੌਜੂਦ ਨੇ ਐਸੇ ਸਪਰੇਅ ਕਿ ਜਿਹੜੇ ਕਿ ਸਾਡੇ ਬਿਹਤਰੀਨ ਇਸ ਟਾਈਮ ਕਮ ਆ ਸਕਦੇ ਨੇ ਜਿੰਦੇ ਵਿੱਚ ਕਲੋਰੇਟਰਾ ਨੀਲੀ ਪੈਰੋਲ ਸੰਜੈਂਟਾ ਦਾ ਬਿਟਾਕੋ ਦੇ ਨਾਮ ਤੋਂ ਔਰ ਫੈਪਰੋਨਿਲ ਦੇ ਜ਼ਹਿਰ ਦੇ ਮੌਜੂਦ ਜਿਹੜੇ ਨਾਮ ਹੈਗੇ ਨੇ ਉਹ ਮੁxtਲਿਫ ਕੰਪਨੀਆਂ ਦੇ ਅੰਦਰ ਮੌਜੂਦ ਨੇ ਤੇ ਉਹ ਵੀ ਤੁਸੀਂ ਇਸਤੇਮਾਲ ਕਰ ਸਕਦੇ ਜੀ ਦੋਸਤੋ ਕੋਸ਼ਿਸ਼ ਕੀਤਾ ਕਰੋਗੇ ਅਸੀਂ ਮਿਆਰੀ ਜ਼ਹਿਰ ਦਾ ਇਸਤੇਮਾਲ ਕਰਕੇ ਆਪਣੀ ਫਸਲ ਨੂੰ ਮਿਆਰੀ ਬਣਾਈਏ ਨਾ ਕਿ ਅਸੀਂ ਜਨਾਬ ਉਹਦੇ ਸਾਈਡ ਇਫੈਕਟ ਤੋਂ متاثر ਆ ਪੌਦਿਆਂ ਨੂੰ ਲੈ ਕੇ ਤੇ ਜਨਾਬ ਉਹ ਅਸੀਂ ਪੈਦਾਵਾਰ ਦਾ ਨੁਕਸਾਨ ਢੇਰ ਕਰ ਲਈਏ ਤੇ ਲਿਆਜ਼ਾ ਮੈਂ तमाम ਉਹ ਦੋਸਤ ਜਿਹੜੇ ਕਿ ਗਲਤ ਤਰੀਕਾ ਇਸਤੇਮਾਲ ਕਰ ਰਹੇ ਨੇ ਮੈਂ ਉਹਨਾਂ ਨੂੰ ਥੋੜੀ ਰੈਡ ਲਾਈਨ ਦੇਵਾਂਗਾ ਕਿ ਉਹ ਇਹਦੇ ਤੋਂ ਥੋੜਾ ਜਿਹਾ ਭਜਨ ਬਚੋ ਔਰ ਆਪਣੀ ਫਸਲ ਦਾ ਸਹੀ ਇਤਿਆਤ ਕਰੋ ਉਤੋਂ ਦੇਖੋ ਮੌਸਮੀ ਸੂਰਤ ਹਾਲ ਇਸ ਤਰ੍ਹਾਂ ਦੀ ਟਾਫੇ ਕਿ ਜਨਾਬ ਸਾਲਾਬਾਰੀ ਨੇ ਕਾਫੀ ਹੱਦ ਤੱਕ ਫਸਲਾਂ ਨੂੰ ਡੈਮੇਜ ਕਰਤੇ ਰੱਖ ਦਿੱਤਾ ਤੇ ਆਉਣ ਵਾਲੇ ਵਕਤ ਦੇ ਵਿੱਚ ਸਾਡਾ ਇਹ سرمਾਇਆ ਜਿਹੜਾ ਸਾਡੇ ਕੰਮ ਆਵੇ ਨਾ ਅੱਗੇ ਅਸੀਂ ਇਹ سرمਾਇਆ ਨੂੰ ਅੱਜ ਖਰਾਬ ਕਰੀਏ ਔਰ ਜ਼ਾਇਆ ਕਰ ਬਈਏ ਤੇ तमाम ਦੋਸਤਾਂ ਨੂੰ ਮੇਰਾ مشورہ ਹੈ ਕਿ ਤੁਸੀਂ ਮਾਰਕੀਟ ਦੇ ਅੰਦਰ ਮਿਆਰੀ ਜ਼ਹਿਰ ਮੌਜੂਦ ਨੇ ਉਹਨਾਂ ਦਾ ਇੰਤਖਾਬ ਕਰੋ ਤੁਹਾਡਾ ਅਗਰ 4-500 ਰੁਪਇਆ ਵਧ ਵੀ ਆਂਦਾ ਹੈ ਉਹ ਸਾਨੂੰ ਕਰ ਲੈਣਾ ਚਾਹੀਦਾ ਹੈ ਅੱਜ ਤੇ तमाम ਦੋਸਤਾਂ ਦਾ ਬਹੁਤ ਸ਼ੁਕਰੀਆ ਜਿਹੜੇ ਦੋਸਤ ਸਾਡੀ ਵੀਡੀਓ ਦੇਖਦੇ ਨੇ ਔਰ ਸਾਡੇ ਮੈਸੇਜ ਨੂੰ ਮਜ਼ੀਦ ਅੱਗੇ ਪਹੁੰਚਾਉਣ ਵਾਸਤੇ ਸਾਡਾ ਸਾਥ ਦਿਓ ਇਹਨੂੰ ਸ਼ੇਅਰ ਕਰੋ ਵੀਡੀਓ ਨੂੰ ਤੇ ਔਰ तमाम ਦੋਸਤਾਂ ਨੂੰ ਇਹ ਮੈਸੇਜ ਦਿਓ ਕਿ ਉਹ ਆਪਣੀ ਫਸਲ ਦੀ ਸਹੀ ਦੇਖਭਾਲ ਕਰਨ ਨਾ ਕਿ ਨਾਕਸ ਜ਼ਹਿਰ ਇਸਤੇਮਾਲ ਕਰਕੇ ਔਰ ਆਪਣੇ ਤਰੀਕਿਆਂ ਦੇ ਮੁਤਾਬਕ ਜ਼ਹਿਰ ਨੂੰ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰਨ ਜਿਦਾ ਇਹਦ ਤੋ ਜਤਨਾਬ ਕਰੋ ਕਿਉਂਕਿ ਅਸੀਂ ਜਿਹੜਾ ਜ਼ਹਿਰ ਇੰਤਖਾਬ ਕਰ ਰਹੇ ਆ ਉਹ ਜ਼ਹਿਰ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਸਿਰਫ ਲਸ਼ਕਰੀ ਸੁੰਡੀ ਅਮਰੀਕਨ ਸੁੰਡੀ ਚਤਕਬਰੀ ਸੁੰਡੀ ਇਸ ਤੋਂ ਇਲਾਵਾ ਅਗਰ ਕੋਈ ਫਾਲਤਾਂ ਮਸਲਾ ਆਦਾ ਤੇ ਉਹਨੂੰ ਕਲੀਅਰ ਕਰ ਸਕਦੇ ਨੇ ਲੇਕਿਨ ਯਾਦ ਰੱਖੋ ਕਿ ਬੋਰਰ ਨੂੰ ਨਹੀਂ ਕਵਰ ਕਰਦੇ ਬੋਰਰ ਨੂੰ ਕਵਰ ਕਰਨਾ ਉਸੇ ਜਾਂ ਤਾਂ ਤੁਹਾਨੂੰ ਬੋਰਰ ਦਾ ਸਪਰੇਅ ਕਰਨਾ ਪਏਗਾ ਜਾਂ dane daar ਜਿਹੜੀ ਕਿ ਮਾਰਕੀਟ ਦੇ ਅੰਦਰ ਬੋਰਰ ਵਾਸਤੇ ਮੌਜੂਦ ਨੇ ਕਾਰਬੋਫਿਰਾਨ ਦੇ ਸ਼ਕਲ ਵਿੱਚ ਜਾਂ ਬੀਟਾ ਕੋਈ ਸ਼ਕਲ ਵਿੱਚ ਜਾਂ ਇਸ ਤਰ੍ਹਾਂ ਮਜ਼ੀਦ ਜਿਹੜੀਆਂ ਜ਼ਹਿਰਾ ਇਸ ਟਾਈਮ ਚੱਲ ਰਹੀਆਂ ਨੇ ਫੈਪ੍ਰੋਨਿਲ ਦੀ ਸ਼ਕਲ ਵਿੱਚ ਇਹ ਜਿਹੜੀਆਂ ਮਜ਼ੀਦ ਚੱਲ ਰਹੀਆਂ ਨੇ ਜ਼ਹਿਰਾ ਉਹਨਾਂ ਦਾ ਇੰਤਖਾਬ ਕਰੋ ਨਾ ਕੇ ਅਸੀਂ ਜਨਾਬ ਆਪਣਾ ਤਰੀਕਾ ਇਸਤੇਮਾਲ ਕਰਕੇ ਫਸਲ ਦਾ ਢੇਰ ਨੁਕਸਾਨ ਕਰ ਬਈਏ ਤਾਂ ਮੁਹੰਮਦ ਅਸ਼ਫਾਕ ਨੂੰ ਜਨਾਬ ਇਜਾਜ਼ਤ ਦਿਓ ਨੈਕਸਟ ਵੀਡੀਓ ਜਿ ਲੈਣਿਆ ਤੁਹਾਨੂੰ ਇਹ ਸਾਡਾ ਮੈਸੇਜ ਜਿਹੜਾ ਹੈ ਇਹ तमाम ਦੋਸਤਾਂ ਕੋਲ ਅਮਾਨਤ ਹੈ ਔਰ ਅਮਾਨਤ ਨੂੰ ਹਮੇਸ਼ਾ ਵਾਸਤੇ ਦੋਸਤਾਂ ਦੇ ਅੰਦਰ ਸ਼ੇਅਰ ਕਰਨਾ ਚਾਹੀਦਾ ਹੈ ਇਹਦੇ ਚ ਖਿਆਨਤ ਨਹੀਂ ਕਰਨੀ ਚਾਹੀਦੀ ਮੇਰਾ ਫਰਜ਼ ਬਣਿਆ ਕਿ ਮੈਂ ਤੁਹਾਨੂੰ ਸਮਝਾਵਾਂ ਲੇਕਿਨ ਅੱਗੇ ਹੁਣ ਤੁਹਾਡਾ ਫਰਜ਼ ਬੰਦ ਹੈ ਕਿ ਤੁਸੀਂ ਤਮਾਮ ਕਿਸਾਨ ਭਾਈਆਂ ਨਾਲ ਇਹ ਗੱਲ ਸ਼ੇਅਰ ਕਰੋ ਔਰ ਇਹਨੂੰ ਥੋੜਾ ਜਿਆਦਾ ਸੀਰੀਅਸ ਲੈਂਦੇ ਆਂ ਆਪਣੇ ਫਸਲ ਨੂੰ ਨੁਕਸਾਨ ਤੋਂ ਬਚਾਓ ਅਸਲਾਮੁਅਲਾਈਕੁਮ